ਸਤਿਕਾਰ ਜੀ ਤੁਸੀਂ ਦੇਖ ਰਹੇ ਹੋ ਜੰਨਾ ਟਾਈਮ ਤੇ ਮੈਂ ਹਲਕਵੀਰ ਸਿੰਘ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੜਕੀ ਨੇ ਇੱਕ ਲੜਕੇ ਦੇ ਉੱਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਨੇ ਲੜਕੀ ਦਾ ਕਹਿਣਾ ਹੈ ਕਿ ਉਹ ਲੜਕਾ ਉਹਦਾ ਦੂਰ ਦੀ ਰਿਸ਼ਤੇਦਾਰੀ ਦੇ ਵਿੱਚੋਂ ਭਰਾ ਹੀ ਲੱਗਦਾ ਹੈ ਜੋ ਕਿ ਕਈ ਦਿਨਾਂ ਤੋਂ ਮੈਨੂੰ ਤੰਗ ਪਛਾਣ ਕਰ ਰਿਹਾ ਸੀ ਜਦੋਂ ਉਹ ਅਚਾਨਕ ਖੇਤਾਂ ਦੇ ਵਿੱਚ ਪਾਣੀ ਲਾਉਣ ਜਾਂਦੀ ਹੈ ਤਾਂ ਉਹ ਲੜਕਾ ਮੇਰੇ ਪਿੱਛੇ ਆ ਜਾਂਦਾ ਹੈ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਜਿਸ ਤੋਂ ਬਾਅਦ ਮੈਨੂੰ ਅਸੀਂ ਆਪਣੇ ਮੰਮੀ ਡੈਡੀ ਦੀਆਂ ਤਿੰਨ ਲੜਕੀਆਂ ਆ ਤੇ ਸਾਡਾ ਕੋਈ ਭਰਾ ਨਹੀਂ ਹੈਗਾ ਤੇ ਮੇਰੇ ਨਾਲ ਜਿਹੜੀ ਹੋਈ ਘਨੌਨੀ ਹਰਕਤ ਉਹਨਾਂ ਉਸ ਬਾਰੇ ਮੈਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ। ਇੱਕ ਦਿਨ ਅਸੀਂ ਆਪਣੇ ਡੈਡੀ ਨਾਲ ਖੇਤੀ ਦੇ ਕੰਮ ਕਰਾਉਣ ਲਈ ਬਾਹਰ ਖੇਤ ਵਿੱਚ ਬਲਨ ਚੁੱਕਣ ਗਏ ਤੇ ਉੱਥੇ ਹਰਮੇਸ਼ ਨਾਂ ਦਾ ਮੁੰਡਾ ਜੋ ਮੇਰੀ ਮਤਰੇਈ ਦਾਦੀ ਦਾ ਪੋਤਰਾ ਹੈ ਉੱਥੇ ਉਹਨੇ ਮੇਰੇ ਨਾਲ ਹਰਕਤ ਕੀਤੀ। ਮੈਂ ਪਾਣੀ ਲਾਉਣ ਲਈ ਗਈ, ਮੇਰੇ ਸਿਸਟਰ ਅਤੇ ਮੇਰੇ ਡੈਡੀ ਉਹ ਬਾਲਣ ਇਕੱਠਾ ਕਰ ਰਹੇ ਸੀ ਅਤੇ ਮੈਂ ਖੇਤ ਪਾਣੀ ਲਾਉਣ ਲਈ ਗਈ ਇਕੱਲੀ ਗਈ ਅਤੇ ਉੱਥੇ ਜਾ ਕੇ ਮੈਂ ਲਾਈਟ ਵੇਖਣ ਲੱਗੀ ਅਤੇ ਹਰਮੇਸ਼ ਨਾਂ ਦਾ ਮੁੰਡਾ ਮੇਰੀ ਦੂਜੀ ਦਾਦੀ ਦਾ ਪੋਤਰਾ ਉੱਥੇ ਆ ਕੇ ਮੈਨੂੰ ਪਿੱਛੋਂ ਬਾਹਾਂ ਵਿੱਚ ਕੁੱਟ ਲਿਆ ਅਤੇ ਮੇਰੇ ਨਾਲ ਇੱਕ ਕਾਨੂੰਨੀ ਹਰਕਤ ਕਰ ਲਈ ਅਤੇ ਮੈਂ ਬਹੁਤ ਬਹੁਤ ਹੀ ਚੀਕਾਂ ਮਾਰੀਆਂ, ਛੁਡਾਉਣ ਦੀ ਕੋਸ਼ਿਸ਼ ਕੀਤੀ, ਉਲਟਾ ਮੈਨੂੰ ਉਸਨੇ ਥੱਪੜ ਵੀ ਮਾਰ ਲਿਆ। ਬਾਕੀ ਮੈਂ ਬਹੁਤ ਰੌਲਾ ਪਾਇਆ ਪਰ ਮੇਰੀ ਨਾ ਕਿਸੇ ਨੇ ਸੁਣੀ। ਮੈਂ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ, ਫੋਨ ਮੇਰੇ ਹੱਥੇ ਹੀ ਸੀ, ਮੇਰੇ ਕੋਲ ਸੀ, ਬਾਕੀ ਉਹਨਾਂ ਫੋਨ ਮੇਰੇ ਹੱਥੋਂ ਖੋ ਲਿਆ ਅਤੇ ਮੈਂ ਡੈਡੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨੇ ਫੋਨ ਖੋ ਲਿਆ ਅਤੇ ਮੈਨੂੰ ਉਲਟਾ ਥੱਪੜ ਮਾਰ ਕੇ ਅਤੇ ਮੇਰਾ ਫੋਨ ਲੈ ਕੇ ਨਾਲ ਭੱਜ ਗਿਆ ਅਤੇ ਅਸੀਂ FIR ਦਰਜ ਕੀਤੀ ਹੋਈ ਹੈ। ਬਾਕੀ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। FIR ਨੂੰ 2 ਸਾਲ ਹੋ ਗਏ ਨੇ, 2021 ਦੀ ਗੱਲ ਹੈ। ਹਾਂਜੀ, ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਲਟਾ ਉਹ ਮੁੰਡਾ ਮੇਰੇ ਪਿੱਛੇ ਆਉਂਦਾ ਕਾਲਜ, ਨਾਲੇ ਮੈਨੂੰ ਧਮਕੀਆਂ ਦਿੰਦਾ ਪਿਸਤੌਲ ਦੀ। ਹਾਂਜੀ, ਕਿ ਤੇਰੇ ਪਰਿਵਾਰ ਨੂੰ ਮਾਰ ਦੇਵਾਂਗਾ, ਐਂ ਆ ਕੁਝ ਵੀ ਏਦਾਂ ਮਤਲਬ। ਹਾਂਜੀ, ਸਰਕਾਰ ਦੁਆਰਾ ਤਾਂ ਕਿਹਾ ਗਿਆ ਹੈ ਕਿ ਪਿਸਤੌਲ ਦੀ ਧਮਕੀ ਦੇਣਾ ਵੀ ਸਖ਼ਤ ਮਨਾ ਹੈ, ਪਰ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਵੀ ਸੁਣਵਾਈ ਕੀਤੀ ਜਾਵੇ ਅਤੇ ਮੇਰੀ ਗੱਲ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਮੈਂ ਇਨਸਾਫ ਮੈਨੂੰ ਦੇ ਸਕਣ। ਹਾਂਜੀ, ਅਸੀਂ ਮੇਰੀਆਂ ਤਿੰਨ ਬੇਟੀਆਂ ਨੇ, ਤਿੰਨੇ ਬੇਟੀਆਂ ਇੱਕ ਦਿਨ ਪਾਪੇ ਨਾਲ ਗਈਆਂ ਬਾਹਰ ਖੇਤ, ਉੱਥੇ ਜਾ ਅਤੇ 2 ਬੇਟੀਆਂ ਮੇਰੀ ਬਾਲਣ ਚੱਕਣ ਲੱਗ ਪਈਆਂ। ਇੱਕ ਬੇਟੀ ਜਿਹੜੀ ਬਾਹਰ ਪਾਪੇ ਸਾਡੇ ਨਾਲ ਬਹੁਤ ਕੰਮ ਕਰਦੀ ਏ, ਸਾਡੇ ਨਾਲ ਹੱਥ ਵਟਾਉਂਦੀ ਏ, ਆਂਦੀ ਪਾਪਾ ਮੈਂ ਤੁਹਾਡੇ ਪੁੱਤਰਾਂ ਵਾਂਗੂ ਹਾਂ, ਤੁਸੀਂ ਕਿਸੇ ਗੱਲ ਦਾ ਫਿਕਰ ਨਾ ਰੱਖਿਆ ਦੇ, ਕਿਉਂ ਸਾਡੇ ਦੂਜੇ ਦਾਦੀ ਇਹਨਾਂ ਦੀ ਗਈ ਏ, ਉਹਦੇ ਪਰਿਵਾਰ ਦਾ ਪੋਤਰਾ ਅਤੇ ਉਹ ਮਗਰ ਚਲਾ ਗਿਆ 2 ਕਿੱਲੇ ਵਾਟ ਸੀ, ਕੋਈ ਉਹਦੇ ਨੇੜੇ ਪੈਲੀ ਨਹੀਂ ਹੁੰਦੀ ਗੀ, ਕੋਈ ਕੁਛ ਨਹੀਂ ਹੈਗਾ ਦੂਰੀ। ਅੱਗੇ ਵੀ ਉਹਦੇ ਨਾਲ ਹਰਕਤਬਾਜ਼ੀਆਂ ਕਰਦਾ ਸੀ, ਮੈਂ ਆਉਂਦੀ ਸੀ ਮੇਰੀ ਛੋਟੀ ਬੱਚੀ ਇਹ ਖਰੇ ਭੈਣ ਭਰਾ ਨੇ, ਮੈਂ ਇਹ ਸੋਚ ਰਹੀ ਹਾਂ। ਪਰ ਜਦੋਂ ਬੇਟੀ ਮੇਰੀ ਘਰੇ ਆਈ ਮੈਨੂੰ ਕਹਿੰਦੀ, ਮੰਮਾ ਮੈਂ ਤੈਨੂੰ ਵਾਰ ਵਾਰ ਦੱਸਦੀ ਸੀ ਆਹ ਮੁੰਡਾ ਮੇਰੇ ਨਾਲ ਇੱਦਾਂ ਕਰਦਾ, ਤੂੰ ਕਹਿੰਦੀ ਸੀ ਮੇਰਾ ਵੀਰਾ ਏ, ਤੁਹਾਡਾ ਵੀਰਾ ਇਹ ਨਹੀਂ ਹੋ ਸਕਦੀ। ਪਰ ਉਹ ਮੁੰਡਾ ਰਮੇਸ਼ ਸਿੰਘ ਹਰਕਤਾਂ ਕਰਦੇ ਹੀ ਰਿਹਾ, ਪਰ ਜਦੋਂ ਮੇਰੀ ਬੇਟੀ ਰਿੰਪਾ ਰਾਣੀ ਦੱਸਾ ਮੈਥੋਂ ਨਹੀਂ ਸਿਆ ਗਿਆ, ਫਿਰ ਇਹਦੀ ਹਰਕਤਾਂ ਵੇਖ ਅਤੇ ਸੋਚ ਤੇ ਇਹਦੀ ਸਿਹਤ ਬਾਰੇ ਮੈਂ ਹਸਪਤਾਲ ਲੈ ਕੇ ਗਈ, ਉੱਥੇ ਜੋ ਵੀ ਹੋਇਆ ਉਹਨਾਂ ਦਰਜ ਕੀਤਾ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਪਰਚਾ ਵੀ ਕੱਟਿਆ ਗਿਆ, ਕਾਰਵਾਈ ਨਹੀਂ ਕੀਤੀ, ਨਹੀਂ ਫੜੇਗਾ ਜੀ। ਹੁਣ ਧਮਕੀਆਂ ਦਿੰਦੇ ਨੇ, ਪਿਸਤੌਲ ਦੀ ਧਮਕੀਆਂ ਦਿੰਦੇ ਨੇ, ਹਰ ਵਾਰੀ ਆਉਂਦੇ ਨੇ ਤੁਹਾਨੂੰ ਅਸੀਂ ਮਾਰ ਦਿਆਂਗੇ, ਥਾਣੇ ਜਾਵਣ ਤਾਂ ਮਾਰ ਦਿਆਂਗੇ, ਜਿੱਥੇ ਵੀ ਟੱਕਰੇ ਅਸੀਂ ਉੱਥੇ ਵੀ ਮਾਰ ਦਿਆਂਗੇ। ਫਿਰ ਇਹਦੇ ਪਾਪਾ ਦਾ ਐਕਸੀਡੈਂਟ ਹੋਇਆ ਹੈ, ਸਾਨੂੰ ਅਜੇ ਤਾਈਂ ਨਹੀਂ ਪਤਾ ਲੱਗਾ ਕਿੰਨੇ ਕਰ ਲਿਆ ਹੈ। ਹੁਣ ਸਾਡੀ ਇਹ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਹੁਣ ਵੀ ਆਏ ਨੇ, ਅੱਜ ਹੋ ਗਏ ਨੇ 24 ਨੂੰ, ਕਿਉਂ ਮੈਂ ਅਨਪੜ੍ਹ ਹਾਂ, ਮੈਨੂੰ ਨਹੀਂ ਪਤਾ ਕਿੰਨੀ ਤਰੀਕ ਹੈ, ਕਿਉਂ ਮੇਰੀ ਬੇਟੀ ਵੱਡੀ ਨਹੀਂ ਘਰ ਹੈਗੀ ਸੀ ਅਤੇ ਆਏ ਨੇ, ਮੈਂ ਦੁਆਰ ਹੈਗੀ ਸੀ ਦੁਆਰ ਟੱਪ 'ਤੇ, ਸਾਡੇ ਦੁਆਰਾਂ ਟਾ ਗਏ, ਕੁੱਟ ਮਾਰ ਕਰ ਗਏ, ਕਿਉਂ ਜਿਹੜਾ ਸਾਡੇ ਘਰ ਵਾਲਾ ਹੈ ਉਹਦੀ ਦਿਮਾਗੀ ਸੱਟ ਲੱਗੀ ਵੀ ਬਹੁਤ, ਉਹਨੂੰ ਟੈਨਸ਼ਨ ਹੈ,
ਉਹਨੂੰ ਟੈਨਸ਼ਨ ਵੀ ਦੁਬਾਰੀ ਹੋਰ ਪਏ ਗਈ ਹੈ। ਆਂਦਾ ਆਪਣੇ ਨਾਲ ਕਿਆ ਹੋ ਗਿਆ, ਕਿਉਂ ਆਪਣੀ ਪੁਲਿਸ ਵੀ ਨਹੀਂ ਸੁਣਾਈ ਕਰਦੀ ਪਈ। ਕਿੰਨੀ ਕੁ ਵਾਰੀ ਪੁਲਿਸ ਕੋਲ ਗਏ, ਸ਼ਿਕਾਇਤਾਂ ਕੀਤੀਆਂ, ਕੋਈ ਗੱਲਬਾਤ ਸੁਣਨੀ ਚਾਹੀਦੀ? ਪੁਲਿਸ ਕੋਲ ਤਾਂ ਬਹੁਤ ਵਾਰੀ ਗਏ, ਕੋਈ ਸੁਣਦਾ ਨਹੀਂ, ਨਹੀਂ ਸੁਣਦਾ। ਕਿਹੜੇ ਥਾਣਾ ਪੈਂਦਾ? ਹੁਣ ਪੈਂਦਾ ਲੱਖੋ ਕਰਾਮ, ਕੋਈ ਨਹੀਂ ਸੁਣਦਾ, ਨਹੀਂ ਕੋਈ ਨਹੀਂ ਸੁਣਦਾ। ਹੁਣ ਕੀ ਮੰਗੇ ਭਗਵੰਤ ਮਾਨ ਤੋਂ? ਭਗਵੰਤ ਮਾਨ ਕੋ ਗਏ, ਸਾਨੂੰ ਸਹੀ ਮੇਰੇ ਬੇਟੀਆਂ ਦਾ ਜੀਵਨ ਕੀ ਹੈ ਤੁਹਾਨੂੰ ਮਤਲਬ ਕਾਰਵਾਈ ਹੋਵੇ, ਕਿਉਂ ਦੋਸ਼ੀ ਨੂੰ ਇਨਸਾਫ ਮਿਲੇ ਸਾਨੂੰ, ਕਿਉਂ ਇੱਦਾਂ ਮੇਰੇ ਬੇਟੀਆਂ ਦਾ ਜੀਵਨ ਤਬਾਹ ਕਰਦੇ ਪਏ ਨੇ? ਕੋਈ ਸਾਨੂੰ ਉਹਨਾਂ ਕੋਲ ਪੈਸਾ ਵੀ ਬਹੁਤ ਹੈਗਾ ਏ, ਕਿਉਂ ਪਿਸਤੌਲ ਦੀ ਬੜੀਆਂ ਧਮਕੀਆਂ ਦੇ। ਕਈ ਵਾਰੀ ਮੇਰੀ ਬੇਟੀ ਦੇ ਸਾਹਮਣੇ ਕੋਲ ਜਾਂਦੀ, ਕਹਿੰਦਾ ਏ ਆ ਮੇਰੇ ਕੋਲ ਪਿਸਤੌਲ ਹੈਗਾ ਏ। ਹਾਂਜੀ ਫੋਟੋਆਂ ਵੀ ਹੈਗੀਆਂ ਨੇ, ਹਾਂਜੀ। ਕਿਉਂ ਕਈ ਵਾਰੀ ਅਜੇ ਵੀ ਮੇਰੀ ਬੇਟੀਆਂ ਦੀ ਮੰਮਾ ਆਪਣੀ ਸਰਕਾਰ ਕੋਈ ਸੁਣਦੀ ਨਹੀਂ ਪਈ, ਆਪਾਂ ਇਹਦਾ ਕੀ ਹੱਲ ਕਰੀਏ? ਕਿਉਂ ਕੀ ਗਰੀਬ ਪਰਿਵਾਰ ਵਾਸਤੇ ਸਰਕਾਰ ਵੀ ਸੁੱਤੀ ਕੀ ਕਰ? ਹਾਂ ਸੌਂ ਗਈ ਸਰਕਾਰ, ਕਿਉਂ ਭਗਵੰਤ ਮਾਨ ਵੀ ਕਹਿੰਦਾ ਸੀ ਬੇਟੀਆਂ ਤਾਂ ਪਹਿਲ ਆਉਂਦੀਆਂ ਨੇ, ਪਰ ਬੇਟੀਆਂ ਦੀ ਕੋਈ ਪਹਿਲ ਵਾਲੀ ਗੱਲ ਨਹੀਂ ਅਜੇ ਬਣਦੀ ਪਈ। ਹਾਂ ਕਿਉਂ ਪੈਸਾ ਨਹੀਂ ਹੈਗਾ ਮੇਰੇ ਕੋਲ, ਨਾ ਪੈਸਾ ਹੋਵੇ ਨਾ ਮੈਂ ਲਾਵਾਂ, ਕਿਉਂ ਇਹਦੇ ਪਾਪੇ ਦਾ ਐਕਸੀਡੈਂਟ ਹੋਇਆ ਵਾ। ਮੇਰਾ ਨਾਮ ਜੀ ਗੁਰਮੇਸ਼ ਸਿੰਘ ਹੈ। ਉਹ ਲੜਕੀ ਜੀ ਮੇਰੀ ਭਾਣਜੀ ਹੈ, ਬਹੁਤ ਇੱਕ ਗਰੀਬ ਪਰਿਵਾਰ ਹੈ ਜੀ, ਤਿੰਨ ਉਹਨਾਂ ਦੀਆਂ ਬੇਟੀਆਂ ਨੇ, ਉਹਨਾਂ ਦਾ ਪਿਤਾ ਇੱਕ ਦਿਹਾੜੀਦਾਰ ਹੈ, ਚਾਰ ਕਨਾਲ ਜ਼ਮੀਨ ਉਹਦੇ ਕੋਲ ਆ। ਉਹਨੂੰ ਕੁਛ ਨਾ ਕੁਛ ਬੰਦੇ ਨੇ ਇਹਨਾਂ ਨਾਲ ਬਹੁਤ ਕੁਛ ਹਰਕਤਾਂ ਕਰਦਾ ਹੁੰਦਾ ਪਹਿਲੇ ਵੀ, ਅਤੇ ਰਿਸ਼ਤੇਦਾਰੀ 'ਚ ਇਹਨਾਂ ਦੀ ਰਿਸ਼ਤੇਦਾਰੀ ਦੂਰੋਂ ਨੇੜੋਂ ਹੈਗੀ, ਦੂਜੀ ਦਾਦੀ ਉਹਦੇ ਪਿਓ ਨੇ ਦੂਜਾ ਵਿਆਹ ਕਰਵਾਇਆ ਸੀ, ਪਤਾ ਨਹੀਂ ਕੁੜੀ ਜਾਣੀ ਹੋਰ ਲੈ ਕੇ ਆਇਆ ਸੀ ਕਿ ਉਹ ਮਰ ਗਈ ਸੀ, ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ। ਠੀਕ ਹੈ ਜੀ, ਉਹ ਦੂਜੀ ਦਾਦੀ ਦਾ ਪੁੱਤਰਾ ਲੱਗਦਾ ਕਹਿੰਦਾ ਰਿਸ਼ਤੇਦਾਰੀ 'ਚੋਂ, ਪਰ ਉਹ ਪੁੱਤਰਾ ਹੈ ਨਹੀਂ ਜੀ। ਅਤੇ ਲੋਕ ਕਹਿ ਦਿੰਦੇ ਨੇ, ਕੋਈ ਬੰਦਾ ਕਹਿੰਦਾ ਜੀ ਪੁੱਤਰਾ ਹੈ, ਪੁੱਤਰਾ ਹੈ ਨਹੀਂ ਜੀ। ਅੱਜ ਕੱਲ੍ਹ ਤਾਂ ਤਾਏ ਚਾਚੇ ਦਾ ਭਰਾ ਵੀ ਕਿਸੇ ਨੂੰ ਨਹੀਂ ਬਖਸ਼ਦਾ, ਅਤੇ ਇਹ ਗਰੀਬ ਪਰਿਵਾਰ ਹੋਣ ਦੇ ਨਾਤੇ ਇਹਨਾਂ ਨਾਲ ਬਹੁਤ ਮਾੜੀਆਂ ਹਰਕਤਾਂ ਹੋ ਰਹੀਆਂ ਨੇ। ਅਤੇ ਇਹ ਗਰੀਬ ਵਿਚਾਰੇ ਬੜੀ ਵਾਰ SSP ਸਾਹਿਬ ਦੇ ਦਫ਼ਤਰ ਵੀ ਗਏ ਸੀ, ਪਰ ਉੱਥੇ ਇਹਨਾਂ ਦੀ ਪਹੁੰਚ ਪੂਰੀ ਨਹੀਂ ਮਿਲਦੀ। SHO ਸਾਹਿਬ ਧਮਕੀਆਂ ਉਲਟੀਆਂ ਦਿੰਦੇ ਸੀ ਇਹਨਾਂ ਨੂੰ, ਪੁਰਾਣੇ SHO ਪਤਾ ਨਹੀਂ ਕੀ ਨਾਮ ਸੀ, ਨਾਂ ਅਸੀਂ ਨਹੀਂ ਜਾਣਦੇ। ਅਸੀਂ ਰਿਸ਼ਤੇਦਾਰ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਬਹੁਤ ਕੁਛ ਵਾਰੀ ਸਮਝਾਇਆ ਵੀ ਤੁਹਾਡੀ ਇਹ ਲੜਕੀ ਹੈ, ਤੁਸੀਂ ਐਂ ਕਿਉਂ ਕੀਤਾ? ਉਹਨੂੰ ਉਹਦੇ ਮਾਂ ਪਿਓ ਨੇ ਇੱਕ ਵਾਰ ਵੀ ਨਹੀਂ ਸਮਝਾਇਆ ਵੀ ਤੂੰ ਬਾਈ ਅਸੀਂ ਗਲਤੀ ਕਰ ਬੈਠੇ ਹਾਂ ਜਾਂ ਨਹੀਂ ਕੀਤੀ। ਅਤੇ ਉਹ ਬਸ ਜੋ ਕੁਛ ਹੁੰਦਾ ਪੈਲੀ ਦਾ ਵਿੱਚ ਲੈ ਲੈਂਦੇ ਨੇ, SHO ਨੂੰ DSP ਨੂੰ ਪੈਸਾ ਵਗੈਰਾ ਦੇ ਕੇ ਆਪਦੇ ਕੰਮ ਕਰਾ ਲੈਂਦੇ ਨੇ। ਇਹਦਾ ਗਰੀਬ ਦੀ ਕੋਈ ਸੁਣਵਾਈ ਨਹੀਂ ਹੋ ਰਹੀ, 2 ਸਾਲ ਹੋ ਚੱਲੇ ਨੇ। ਅਸੀਂ ਇਹੀ ਕਹਿੰਦੇ ਹਾਂ ਕਿ ਗਰੀਬ ਪਰਿਵਾਰ ਹੋਣ ਦੇ ਨਾਤੇ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਇਹਨਾਂ ਦਾ ਇੱਕ ਸਰਕਾਰ ਹੋਵੇਗੀ ਦੂਜਾ ਰੱਬ ਹੈ। ਸਰਕਾਰ 'ਚ ਬਦਲਾਵ ਆਇਆ, ਕੀ ਵੇਖਿਆ ਬਦਲਾਵ? ਬਦਲਾਅ ਤਾਂ ਅਸੀਂ ਵੇਖਿਆ ਜੀ, ਸਰਕਾਰ ਬਹੁਤ ਚੰਗੀ ਹੈ, ਬਹੁਤ ਚੰਗੀ ਹੋਣ ਦੇ ਬਾਵਜੂਦ ਪਰ ਧੀਆਂ ਦੀ ਕੋਈ ਇੱਜ਼ਤ ਨਹੀਂ ਕਿਤੇ ਬਣ ਰਹੀ, ਕੋਈ ਪੁਲਿਸ ਨਹੀਂ ਕਾਰਵਾਈ ਕਰ, ਕੋਈ ਪੁਲਿਸ ਨਹੀਂ ਕਾਰਵਾਈ ਕਰ ਰਹੀ ਜੀ। ਅੱਜ ਕੱਲ੍ਹ ਹਰ ਕੋਈ ਬੰਦਾ ਪੈਸਾ 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 ਕਰਦਾ, ਇਹ ਗਰੀਬ ਘਰ ਪੈਸਾ ਕਿਤੇ ਵੀ ਦੇ ਨਹੀਂ ਸਕਦਾ। ਇਹ ਪੈਸਾ ਨਾ ਦੇਣ ਦੇ ਬਾਵਜੂਦ ਇਹਨਾਂ ਦਾ ਇੰਨਾ ਕੇਸ ਲਮਕ ਗਿਆ, ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਲੜਕੀ ਪੜ੍ਹਨ ਤੋਂ ਹਟ ਗਈ ਸੀ, ਅਸੀਂ ਫਿਰ ਹੌਸਲਾ ਦਿੱਤਾ, ਕੋਈ ਗੱਲ ਨਹੀਂ ਸਰਕਾਰ ਨਵੀਂ ਬਣੀ ਹੈ, ਪਰ ਬੇਟੇ ਤੁਸੀਂ ਪੜ੍ਹੋ, ਪੜ੍ਹਾਈ ਕਰੋ, ਤੁਹਾਨੂੰ CM ਸਾਹਿਬ ਕਿਤੇ ਚੰਗੇ ਕੰਮ 'ਤੇ ਲਾਉਣਗੇ, ਤੁਸੀਂ ਡਰੋ ਨਾ। ਪਰ ਲੜਕੀ ਡਰਦੀ ਡਰਦੀ ਜਾਂਦੀ ਹੈ, ਹੁਣ ਇਹਨਾਂ ਨੇ ਦਾਖਲਾ ਗੋਲੂ ਕੇ ਭਰਿਆ ਵਾ, ਉੱਥੇ ਕਦੇ ਆਪਣੇ ਨਾਨਕਾ 'ਤੇ ਰਹਿ ਲੈਂਦੀ ਹੈ। ਅਤੇ ਉਹ ਮੁੰਡਾ ਉੱਥੇ ਕਾਲਜ ਜਾ ਕੇ ਵੀ ਗੇਟ 'ਤੇ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਮੇਰੇ ਨਾਲ ਰਾਜੀ ਗੱਲਾਂ ਕਰ ਲੈ, ਨਹੀਂ ਤਾਂ ਮੈਂ ਤੈਨੂੰ ਧਮਕੀਆਂ। ਉਹਦੇ ਕੋਲ ਪਿਸਟਲ ਕਹਿੰਦੇ ਹੈਗਾ ਜੀ, ਮੈਂ ਤਾਂ ਦੇਖਿਆ ਨਹੀਂ, ਪਰ ਲੜਕੀ ਨੇ ਦੇਖਿਆ, ਉਹਦੇ ਲੜਕੀ ਕੋਲ ਫੋਟੋਆਂ ਵੀ ਹੈਗੀਆਂ ਨੇ। ਸਰਕਾਰ ਕਹਿ ਰਹੀ ਪਿਸਟਲ ਦਾ ਰੱਖਣਾ ਮਨਾ, ਬਿਲਕੁਲ ਵੇਖੋ ਜੀ, ਉਹਦੇ ਵਾਸਤੇ ਕੋਈ ਮਨਾ ਨਹੀਂ, ਮਾੜੇ ਬੰਦੇ ਵਾਸਤੇ ਮਨਾ ਹੈ ਜੀ। ਉਹ ਬੰਦਾ ਪੈਸੇ ਵਾਲਾ, ਹੰਕਾਰੀ ਬੰਦਾ, ਪਤਾ ਨਹੀਂ ਉਹਨੂੰ ਕੀ ਹੈ, ਉਹਨੂੰ ਕਿਹਦੀ ਸਹਿ ਹੈ, ਸਰਕਾਰ ਦੀ ਸਹਿ ਹੈ ਕਿ ਕਿਹਦੀ ਸਰਕਾਰ ਹੈ। ਕਈ ਵੇਲੇ ਤਾਂ ਅਕਾਲੀਆਂ ਵਾਲੇ ਬੰਦਾ ਪੈਸੇ ਵੰਡਣ ਲੱਗ ਜਾਂਦਾ, ਕਈ ਵਾਰੀ ਕਾਂਗਰਸ ਵਾਲੇ ਪੈਸੇ ਵੰਡਣ ਲੱਗ ਜਾਂਦਾ, ਕਈ ਵਾਰੀ ਭਗਵੰਤ ਮਾਨ ਦੇ ਨਾਲ ਚੱਲ ਪੈਂਦਾ। ਅਤੇ ਪਰ ਭਗਵੰਤ ਮਾਨ ਤਾਂ ਨਹੀਂ ਚੱਲਿਆ, ਆਪਦੇ ਆਪ ਨੂੰ ਭਗਵੰਤ ਮਾਨ ਹੀ ਸਮਝ ਰਿਹਾ ਬੰਦਾ ਉਹ। ਉਹ ਕਹਿੰਦਾ ਕੋਈ ਗੱਲ ਨਹੀਂ ਜੀ, ਮੇਰਾ ਕੀ ਕਰ ਲੈਣਗੇ। ਉਹਦੀ ਇਹਨਾਂ ਕੋਲ ਵੀਡੀਓ ਵੀ ਬਣੀਆਂ ਹੋਈਆਂ ਨੇ, ਉਹ ਬੰਦਾ ਕਹਿ ਰਿਹਾ ਮੈਨੂੰ ਕੋਈ ਪੁਰਾਣੀ ਵੀਡੀਓ ਵੀ ਬਣਾ ਲਓ। ਦੋਸ਼ੀ ਇੰਨੇ ਹੌਸਲੇ ਬੁਲੰਦ ਨੇ, ਬਿਲਕੁਲ ਬੁਲੰਦ ਨੇ ਜੀ। ਅਸੀਂ ਤਾਂ ਇਹੀ ਕਹਿੰਦੇ ਹਾਂ, ਇਹ ਗਰੀਬ ਪਰਿਵਾਰ ਦਾ ਕੋਈ ਨਾ ਕੋਈ ਸੋਚੇ, ਸਰਕਾਰ ਸੋਚੇ, CM ਸਭ ਸੋਚਣ, ਇਹਨਾਂ ਨੂੰ ਕੋਈ ਇਹੋ ਜਿਹੀ ਵੀਡੀਓ ਜਾਵੇ। ਹੁਣ ਅਸੀਂ ਦੁਖੀ ਹਿਰਦੇ ਨਾਲ ਕਹਿ ਰਹੇ ਹਾਂ, ਹੁਣ ਸਾਡੇ ਕੋਲ ਵੀ ਆਏ ਨੇ, ਸਾਡੇ ਕੋਲ ਪੱਤਰਕਾਰ ਭਾਈ ਸਾਹਿਬ ਆਏ ਸੀ, ਉਹ ਕਹਿੰਦੇ ਯਾਰ ਤੁਹਾਡੀ ਭਾਣ ਜੀ ਤੁਸੀਂ ਕਿਉਂ ਨਹੀਂ ਜਾਂਦੇ? ਅਸੀਂ ਇੱਕ ਸੂਝਵਾਨ ਪਰਿਵਾਰ ਹੋਣ ਦੇ ਨਾਤੇ ਅਸੀਂ ਗੱਲਾਂ ਨਹੀਂ ਸੀ ਕਰਨੀਆਂ ਚਾਹੁੰਦੇ ਜੋ ਅਸੀਂ ਕਰਦੇ ਪਏ ਹਾਂ। ਸਾਨੂੰ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਪਰ ਸ਼ੋਭਾ ਤਾਂ ਹੀ ਦੇ ਰਹੀਆਂ ਨੇ ਕਿਉਂਕਿ ਸਾਡੀ ਭਾਣ ਜੀ ਹੈ, ਗਰੀਬ ਪਰਿਵਾਰ ਦੀ ਲੜਕੀ ਹੈ, ਤਿੰਨੇ ਲੜਕੀਆਂ ਨੇ। ਇਹਨਾਂ ਦੇ ਪਿਓ ਦਾ ਐਕਸੀਡੈਂਟ ਹੋਇਆ ਵਾ, ਹੋ ਸਕਦਾ ਪਤਾ ਨਹੀਂ ਉਹਨੂੰ ਕਦੋਂ ਕੀ ਹੋ ਜਾਣਾ, ਟੈਨਸ਼ਨ ਪੈ ਜਾਂਦੀ। ਹੁਣ ਪਿਛਲੇ ਦਿਨ ਆ ਕੇ ਉਹਨਾਂ ਦੇ ਘਰ 'ਤੇ ਆ ਕੇ ਇਹਨਾਂ ਹਮਲਾ ਕਰਤਾ, ਉਹ ਦੋਸ਼ੀ ਸ਼ਰੇਆਮ ਧਮਕੀਆਂ ਦੇ ਗਿਆ ਉਹਨਾਂ ਦੇ ਘਰ ਆ ਕੇ, ਜੇ ਤੁਸੀਂ ਰਾਜੀਨਾਮਾ ਨਾ ਕਰੋਗੇ ਮੈਂ ਤੈਨੂੰ ਪਿਓ ਨੂੰ ਵੀ ਮਾਰ ਦਿਆਂਗਾ।
पर पता नहीं उन्हें प्यो हूँ कदों मरता है कि होंदा की नहीं होंदा, उन्हें दिमागी टेंशन पै गई है। तो यह गरीब घर प्यो का इलाज भी नहीं करा सकते। देखो जी, असं तो हाथ जोड़ते कहने साढ़े आखे ना लगो, पर इन बेटियां के आखे लग के कोई सुनवाई कर देना जी। जो बनती कार्रवाई उन्होंने होवे, पर इन्हों इंसाफ दवाया जाए तक इंसाफ नहीं मिले। पुलिस इन्हों की गल नहीं सुनती जी, पैसे किसी दे नहीं सकते जी। हूँ पुलिस को इन्होंने FIR इन्हों को भाड़े वास्ते पैसे नहीं कि थाने जाके दरखास्त दे आन, कोई इन्होंने लिजाने वाला नहीं सीधा। जिला लिजादा है उन्होंने कुटते ने, डरते ने। एक बगीर सिंह नाम का आदमी हैगा बार उन्होंने पिंड घर हों, जेकर अगली बारी उन्हें कोई की सी बयान दिते सी तो उन्होंने पुत्र गल पै गए होंगे, उन्हें धमकियां दिखाई ने, उनका पानी बंद कर देंगे ने। कोई बंदा पिंड चू इन्हों छरेआम जाके नहीं खुश हैगा। तो उंज लोग दिलों कहते हैं भी इन्हों कार्रवाई बंदे तो होनी चाहिए है, बेटी इंसाफ मिलना चाहिए जी। असं तो यही गल करते हैं जी, मिल जाए तो बहुत चंगी गल है जी, ना मिलेगा चलो कोई गल नहीं जी। हो सकता ना इंसाफ मिले तो बेटी आत्महत्या कर ले, डैडी आत्महत्या कर लेगा, तो चे फिर रब रखा होगा जी। फिर सीएम साहब को कहे जी आखो कि बराम से जो मामला दर्ज होया 376 का, तो दोषी वालों सर धमकया जा रहा फोटो। हाँ जी, उसका मैटर अंडर इन्वेस्टिगेशन है जी, सानू कंप्लेंट मिली है तो असी पुलिस तहकीकात कर रही है, जो भी सच्चाई होगी असी कानूनन कार्रवाई करांगे। अजय वैसे जो भी हदायत है सीएम साहब की, माने मुख्यमंत्री साहब श्री भगवंत मान जी की, एक तो भी असी गन कल्चर को प्रमोट नहीं करन देना किसी को, तो अमन ते शांति को भंग नहीं करन देना। तो जी भी ये गल सामने आऊगी असी तुरंत ही नाल दी नाल एक्शन लवेंगे, जो भी कानूनन कार्रवाई करनी बनती है वो होगी। उन्होंने एक 376 दोषी शरेआम सर घूमता फिर कोई फड़िया नहीं गया? नहीं जी, वो भगौड़ा होना असी भाल जारी है, तो असी लगे हुए हैं, साड़ी स्पैशल टीम CAA भी लगी हुई है, तो जल्दी असी उन्होंने काबू काबू कर लाँगे। लड़की के परिवार वालों लड़की हस्पताल के भर्ती करवाया जाता है, जिते पहुंची पुलिस वालों सारा मामला दर्ज किया जाता है। फिलहाल जो दोषी है वह पुलिस की गिरफ्त के बाहर है, पुलिस का दावा है कि जल्दी उसको काबू कर लिया जाए।